ਅਮਰੀਕਾ ਵਿਚ ਚੰਗੇ ਭਵਿੱਖ ਦਾ ਸੁਪਨਾ ਲੈ ਕੇ ਜਹਾਜ਼ ਚੜੇ ਨੌਜਵਾਨ ਬੇਰੰਗ ਪਰਤੇ ਨੇ। 4 ਮਹੀਨੇ ਜੰਗਲ ਦਰਿਆਵਾਂ ਨੂੰ ਪਾਰ ਕਰਦੇ ਮੈਕਸੀਕੋ ਪਹੁੰਚੇ ਨੌਜਵਾਨ ਅਮਰੀਕੀ ਸਰਹੱਦ ਪਾਰ ਕਰਦੇ ਉਸ ਤੋਂ ਪਹਿਲਾਂ ਹੀ ਮੈਕਸੀਕੋ ਸਰਕਾਰ ਵੱਲੋਂ ਡਿਪੋਰਟ ਕਰ ਵਾਪਿਸ ਭਾਰਤ ਭੇਜ ਦਿੱਤਾ ਗਿਆ। ਸੰਗਰੂਰ ਦਾ 23 ਸਾਲ ਦਾ ਗੱਭਰੂ ਦੀਪ ਵੀ ਉਹਨਾਂ ਨੌਜਵਾਨਾਂ ਚੋਂ ਹੀ ਇੱਕ ਹੈ। ਲੱਖ ਰੁਪਏ ਖਰਚ ਦੀਪ 13 ਜੂਨ ਨੂੰ ਦਿੱਲੀ ਤੋਂ ਰਵਾਨਾ ਹੋਇਆ ਸੀ, ਅੱਜ ਪਰਿਵਾਰ ਵਿੱਚ ਵਾਪਸ ਪਰਤ ਚੁੱਕਾ ਹੈ। ਦੀਪ 4 ਮਹੀਨਿਆਂ ਦੇ ਸਫ਼ਰ ਦੇ ਔਕੌੜੇ ਤਜਰਬੇ ਯਾਦ ਕਰ ਭਾਵੁਕ ਹੋਰਦਾ ਹੈ। ਖੂਨ ਪਸੀਨੇ ਦੀ ਕਮਾਈ ਦੇ ਲੱਖਾਂ ਰੁਪਏ ਏਜੰਟਾਂ ਨੂੰ ਦੇ ਅਮਰੀਕਾ ਦਾ ਜੋ ਸੁਪਨਾ ਵੇਖਿਆ ਸੀ ਉਹ ਹੁਣ ਟੁੱਟ ਚੁੱਕਿਆ ਹੈ। ਪਰ ਆਪਣੇ ਸਫ਼ਰ ਦੌਰਾਨ ਉਸਨੇ ਰਾਹ 'ਚ ਜੋ ਦੇਖਿਆ ਅਤੇ ਜਿਨ੍ਹਾਂ ਹਾਲਾਤਾਂ 'ਚੋਂ ਖੁਦ ਇਸ ਸਫ਼ਰ ਦੌਰਾਨ ਲੰਘਿਆ ਉਹ ਰੌਂਗਟੇ ਖੜੇ ਕਰ ਦੇਣ ਵਾਲੇ ਨੇ। ਇੱਕ ਸ਼ਿਪ ਬੈਕ ਸਾਈਡ ਸੀ ਸਾਡੀ, ਉਹ ਸਟੋਪ ਹੋ ਗਈ ਸੀ ਸਮੁੰਦਰ ਦੇ ਵਿੱਚ ਜੀ, ਅਤੇ ਉੱਥੇ ਉਹਨਾਂ ਮੁੰਡਿਆਂ ਨੇ ਰਾਤ ਲਗਾਈ ਹੈ ਇੱਕ ਸਮੁੰਦਰ ਦੇ ਵਿੱਚ, ਜੇ ਚੱਪੂਆਂ ਨਾਲ ਕਿਸ਼ਤੀ ਕਿਨਾਰੇ 'ਤੇ ਲਗਾਈ ਹੈ ਜੀ ਬਹੁਤ ਮੁਸ਼ਕਿਲਾਂ ਨਾਲ। ਉਹਨੇ ਦੱਸਿਆ ਕਿ ਬਹੁਤ ਡਿਫੀਕਲਟੀ ਸੀ, ਕਿਸ਼ਤੀ ਟੇਢੀ ਹੁੰਦੀ ਹੁੰਦੀ ਬਚੀ ਹੈ, ਉਹ 'ਚ 25 ਜਣੇ ਸਵਾਰ ਸੀ। ਪਨਾਮਾ 'ਚ ਸਾਨੂੰ ਦੱਸਿਆ ਗਿਆ ਕਿ ਇੱਕ ਦਿਨ ਦਾ ਜੰਗਲ ਹੈ, ਪਰ ਜਦੋਂ ਜਰਨਿੰਗ ਸਟਾਰਟ ਹੋਈ ਪਹਿਲਾਂ ਦੇ ਦਿਨ ਤਾਂ ਖਾਣ ਪੀਣ ਦਾ ਹੈਗਾ ਸੀ ਇੱਕ ਦਿਨ ਦਾ, ਸੋਚ ਕੇ ਕਈ ਮੁੰਡਿਆਂ ਨੇ ਖਾਣਾ ਪੀਣਾ ਵੀ ਦੇਖਤਾ ਵੀ ਅੱਗੇ ਇੱਕ ਦਿਨ ਦਾ ਜੰਗਲ ਕਰੋਸ ਹੋ ਗਿਆ ਬਸ, ਬਟ ਉੱਥੇ ਸਾਡੇ 6 ਦਿਨ ਲੱਗੇ ਜੀ ਖਾਣੇ ਪੀਣੇ ਤੋਂ ਭੁੱਖੇ ਹਾਲਾਤ, ਅਤੇ ਜੰਗਲ 'ਚ ਜ਼ਿਆਦਾਤਰ ਸੱਪ ਬਿੱਛੂ ਜ਼ਹਿਰਲੇ, ਅਤੇ ਜੰਗਲਾਂ ਦੇ ਜੋ ਦਰਖਤ ਨੇ ਉਹਨਾਂ ਦਾ ਵੀ ਇਨਫੈਕਸ਼ਨ ਬਹੁਤ ਜ਼ਿਆਦਾ ਹੈ, ਅਤੇ ਜੰਗਲ 'ਚ ਡੈਥ ਵੀ ਬਹੁਤ ਹੋਈਆਂ ਨੇ। ਮੇਰੇ ਗਰੁੱਪ ਦੀ ਬੈਕ ਸਾਈਡ 3 ਜਣੇ ਸੀ ਜਿਹਨੇ ਡੈਥ ਹੋਈ ਹੈ। ਮਾਪਿਆਂ ਨੇ 16 ਲੱਖ ਦਾ ਕਰ ਚੁੱਕ ਪੁੱਤਰ ਵਿਦੇਸ਼ ਤੋਰਿਆ ਸੀ। ਦੀਪ ਦੇ ਪਿਤਾ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕੋਈ ਰੁਜ਼ਗਾਰ ਨਹੀਂ ਹੈ, ਸੋਚਿਆ ਸੀ ਪੁੱਤ ਅਮਰੀਕਾ ਜਾ ਕੇ ਆਪਣੇ ਪੈਰਾਂ ਸਿਰ ਖੜਾ ਹੋਵੇਗਾ, ਪਰ ਖੜੇ ਪੈਰ ਹੀ ਇਸੇ ਤਰ੍ਹਾਂ ਵਾਪਿਸ ਪਰਤ ਆਏਗਾ ਇਸ ਦਾ ਉਹਨਾਂ ਨੂੰ ਇਲਮ ਨਹੀਂ ਸੀ। ਸਾਡੀ ਜੀ ਬੱਚੇ ਨੂੰ ਭੇਜਣਾ ਇੱਕ ਸਾਡੀ ਮਜ਼ਬੂਰੀ ਸੀ, ਇਹਨੇ ਬੀ ਏ ਪਾਸ ਕਰਕੇ ਇੱਥੇ ਬਥੇਰੀ ਟਰਾਈ ਕਰੀ ਨੌਕਰੀ, ਕੋਈ ਨੌਕਰੀ ਮਿਲੀ ਜੀ, ਅਤੇ ਅਸੀਂ ਕੁਛ ਸਾਡੇ ਕੋਲ 2 ਟਰੱਕ ਦੀ ਗਈ, 2 ਟਰੱਕ ਵਿੱਚ 10-12 ਲੱਖ ਅਸੀਂ ਵਿਆਜ 'ਤੇ ਚੁੱਕਿਆ, 2.5 ਰੁਪਏ ਵਿਆਜ 'ਤੇ ਜੀ, ਤਾਂ ਇਹਨੂੰ ਅਸੀਂ ਬਾਹਰ ਭੇਜਿਆ ਵੀ ਚਲੋ ਪੜ੍ਹ ਲਿਖ ਕੇ ਮੁੰਡਾ ਕਿਤੇ ਸੈੱਟ ਹੋ ਜੂਗਾ ਜੀ, ਘਰੇ ਕੁਛ ਸਾਲੋ ਕਮਾਈ ਦਾ ਸਾਧਨ ਬਣੂਗਾ, ਸਾਨੂੰ ਸਹਾਰਾ ਲੱਗੂਗਾ ਮੁੰਡੇ ਦਾ ਜੀ। ਪਰ ਸਾਨੂੰ ਇਹ ਨਹੀਂ ਪਤਾ ਸੀ ਵੀ ਅੱਗੇ ਜਾ ਕੇ ਅਮਰੀਕਾ ਦੇ ਬਾਰਡਰ 'ਤੇ ਜਾ ਕੇ ਡਿਪੋਰਟ ਹੋ ਜੂਗਾ। ਇਸ ਤਰ੍ਹਾਂ ਅਸੀਂ ਕਹਿੰਦੇ ਵੀ ਨਾ ਫਸਣ ਨਾ ਬੱਚੇ, ਪੜ੍ਹ ਲਿਖ ਕੇ ਆਉਂਦੇ ਆਪਦੀ ਪੜ੍ਹਾਈ ਕਰਕੇ, ਇਹਨਾਂ ਨੇ ਪੈਸੇ ਲਾ ਕੇ ਗਲਤ ਇਹਨਾਂ ਦੇ ਚਾਂਸਿਸ ਫਸਦੇ ਨੇ, ਤਾਂ ਇਹਨਾਂ ਤੋਂ ਬਚਿਆ ਜਾਵੇ ਤਾਂ ਚੰਗੀ ਗੱਲ ਹੈ ਜੀ। 1 ਨੰਬਰ ਜਾਣ ਆਪਦਾ ਜਿਹੜੇ ਰਜਿਸਟਰਡ ਏਜੰਟ ਨੇ ਉਹਨਾਂ ਦੇ ਰਾਹੀਂ ਜਾਣ। ਕਾਬਿਲੇ ਗੌਰ ਹੈ ਕਿ ਮੈਕਸੀਕੋ ਸਰਕਾਰ ਨੇ ਪਿਛਲੇ ਦਿਨੀ 300 ਤੋਂ ਵੱਧ ਨੌਜਵਾਨ ਡਿਪੋਰਟ ਕੀਤੇ ਨੇ, ਜਿਨ੍ਹਾਂ ਵਿੱਚੋਂ ਬਹੁਤੇ ਪੰਜਾਬੀ ਨੇ। ਇਹ ਨੌਜਵਾਨ ਮੈਕਸੀਕੋ ਬਾਰਡਰ ਰਾਹੀਂ ਅਮਰੀਕਾ ਵਿੱਚ ਦਾਖਲ ਹੋਣ ਦੀ ਫਿਰਾਕ ਵਿੱਚ ਸਨ। ਕੀਰਤੀਪਾਲ ਦੇ ਨਾਲ ਨਿਊਜ਼ ਰਿਪੋਰਟ ਸੀ ਮੀਡੀਆ ਸੰਗਰੂਰ।